ਅਜੀਤ ਵੈੱਬ ਟੀ ਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਅਜੀਤ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰ ਹਾਂ। ਸਭ ਤੋਂ ਪਹਿਲਾਂ ਸੁਰਖੀਆਂ ਤੇ ਚਾਰ ਬੈਂਸ ਭਰਾਵਾਂ ਵੱਲੋਂ ਜਾਰੀ ਆਡੀਓ ਕਲਿੱਪ ਮਾਮਲੇ ਉੱਤੇ ਕੈਪਟਨ ਨੇ ਬਿਆਨ ਦਿੱਤਾ। ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਸੁਖਬੀਰ ਅਤੇ ਮਜੀਠੀਆ ਦੇ ਕੋਲ ਵੀ ਗਿਆ ਸੀ ਰਾਜਾ ਭਈਆ। ਆਪ ਵਿਧਾਇਕਾਂ ਨੇ ਸਦਨ ਵਿੱਚ ਪਾਣੀ ਦੇ ਬਿੱਲ ਬਾਬਤ ਹੰਗਾਮਾ ਕੀਤਾ। ਭਾਜਪਾ ਨੇਤਾ ਦੇ ਪੁੱਤ ਨੂੰ ਹਾਈ ਕੋਰਟ ਤੋਂ ਵੀ ਜ਼ਮਾਨਤ ਨਹੀਂ ਮਿਲੀ ਅਤੇ ਨਾਭਾ ਜੇਲ੍ਹ ਦੇ ਕੈਦੀ ਕੋਲੋਂ ਮਿਲਿਆ ਮੋਬਾਈਲ ਫੋਨ। ਅਤੇ ਹੁਣ ਖਬਰਾਂ ਦਾ ਵਿਸਥਾਰ। ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ ਦੇ ਉੱਤੇ ਅੱਜ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਾਫੀ ਗਰਮਾ ਗਰਮੀ ਹੋਣ ਦੀਆਂ ਖਬਰਾਂ ਪ੍ਰਾਪਤ ਹੋਈਆਂ ਨੇ। ਇਹ ਵੀ ਪਤਾ ਲੱਗਾ ਏ ਕਿ ਬੈਂਸ ਭਰਾਵਾਂ ਦੇ ਵੱਲੋਂ ਜਾਰੀ ਕੀਤੀ ਗਈ ਆਡੀਓ ਕਲਿੱਪ ਦੇ ਮਾਮਲੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਏ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਇਸ ਆਡੀਓ ਕਲਿੱਪ ਨੂੰ ਖੁਦ ਸੁਣਿਆ। ਉਹਨਾਂ ਨੇ ਇਸ ਕਲਿੱਪ ਨੂੰ ਸੁਣ ਕੇ ਇਹੀ ਨਤੀਜਾ ਕੱਢਿਆ ਕਿ ਇਹ ਮਨ ਕੱਢਤਾ ਹੈ ਅਤੇ ਇਹੋ ਜਿਹੀ ਬੱਜਰ ਗਲਤੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਖਹਿਰਾ ਨੂੰ ਬਚਾਉਣ ਦੀ ਖਾਤਰ ਬੈਂਸ ਭਰਾਵਾਂ ਦੇ ਵੱਲੋਂ ਜਿਹੜਾ ਡਰਾਮਾ ਰਚਿਆ ਗਿਆ ਇਸ ਡਰਾਮੇ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਸਾਡੀ ਨਿਆਂਪਾਲਿਕਾ ਦੇ ਉੱਤੇ ਸਵਾਲ ਖੜ੍ਹੇ ਕਰਨੇ ਉਚਿਤ ਗੱਲ ਨਹੀਂ। ਜੋ ਇਹ ਬੈਂਸ ਵਾਲਿਆਂ ਦਾ ਹੈ, ਮੈਨੂੰ ਲੱਗਦਾ ਜਿਸ ਤਰੀਕੇ ਨਾਲ ਮੈਂ ਸਾਰਾ ਸੁਣਿਆ, ਇਟਸ ਅ ਫੈਬਰੀਕੇਟਡ ਟਾਈਪ, ਫੈਬਰੀਕੇਟਡ ਕਹਿ ਲਓ ਜਾਂ ਇਟਸ ਕ੍ਰੀਏਟਿਡ ਟੇਪ ਇੱਕ ਓਬਜੈਕਟਿਵ ਨਾਲ। ਔਰ ਉਹਦੇ ਵਿੱਚ ਤੁਸੀਂ ਸਾਡੇ ਜੱਜਿਸ ਨੂੰ ਤੁਸੀਂ ਇੰਨਾ ਮਲਾਈਨ ਕਰਦੇ ਹੋ, ਦੈਟ ਇਜ਼ ਟੋਟਲੀ ਅਨਐਕਸੈਪਟੇਬਲ। ਦੋ ਇੰਸਟੀਟਿਊਸ਼ਨਸ ਨੇ ਹਿੰਦੁਸਤਾਨ 'ਚ, ਇੱਕ ਜੁਡੀਸ਼ਰੀ ਔਰ ਇੱਕ ਡਿਫੈਂਸ ਸਰਵਿਸਿਸ, ਜਿਹਦੇ 'ਤੇ ਲੋਕਾਂ ਨੂੰ ਅੱਜ ਭਰੋਸਾ ਹੈ। ਐਂਡ ਅਗਰ ਤੁਸੀਂ ਐਂ ਕਰਨ ਲੱਗ ਜਾਓਗੇ ਆਪਣੀ ਸਿਆਸਤ ਵਾਸਤੇ, ਤੁਸੀਂ ਜੱਜਿਸ ਨੂੰ ਮਲਾਈਨ ਕਰਨ ਲੱਗ ਜਾਓਗੇ, ਬਿਲਕੁਲ ਅਨਐਕਸੈਪਟੇਬਲ ਹੈ। ਫਰੀਦਕੋਟ ਤੋਂ ਕਾਂਗਰਸ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੇ ਘਰ ਦੇ ਵਿੱਚ ਉੱਤਰ ਪ੍ਰਦੇਸ਼ ਦੇ ਸਾਬਕਾ ਗੈਂਗਸਟਰ ਰਾਜਾ ਭਈਆ ਦੀ ਫੇਰੀ ਦਾ ਮਾਮਲਾ ਅੱਜ ਕੱਲ੍ਹ ਗਰਮਾਇਆ ਹੋਇਆ। ਦਰਅਸਲ ਦੱਸਣਾ ਇਹ ਬਣਦਾ ਕਿ ਪਿਛਲੇ ਦਿਨੀ ਰਾਜਾ ਭਈਆ ਜਿੱਥੇ ਲੱਖਾਂ ਸਧਾਣਾ ਨੂੰ ਮਿਲ ਕੇ ਗਏ, ਉੱਥੇ ਕੁਸ਼ਲਦੀਪ ਢਿੱਲੋਂ ਦੇ ਘਰ ਦੇ ਵਿੱਚ ਵੀ ਉਹਨਾਂ ਨਾਲ ਮੁਲਾਕਾਤ ਦੀਆਂ ਖਬਰਾਂ ਖਾਸੀਆਂ ਚਰਚਾ ਦੇ ਵਿੱਚ ਨੇ। ਪਰ ਅੱਜ ਇਸ ਮਾਮਲੇ ਦੇ ਉੱਤੇ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਰਾਜਾ ਭਈਆ ਮੈਨੂੰ ਮਿਲਣ ਆਇਆ ਸੀ ਅਤੇ ਮੇਰੇ ਘੋੜਿਆਂ ਨੇ ਫਾਰਮ ਦੇ ਵਿੱਚ ਗਿਆ ਸੀ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਰਾਜਾ ਭਈਆ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਵੀ ਮਿਲ ਕੇ ਗਿਆ ਹੈ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅਕਾਲੀ ਦਲ ਦੇ ਵੱਲੋਂ ਹੀ ਸਾਰੇ ਗੈਂਗਸਟਰ ਪੈਦਾ ਕੀਤੇ ਗਏ ਨੇ ਅਤੇ ਅੱਜ ਜੋ ਵੀ ਪੰਜਾਬ ਦਾ ਬੁਰਾ ਹਾਲ ਹੋ ਰਿਹਾ ਇਹਦੇ ਪਿੱਛੇ ਅਕਾਲੀ ਦਲ ਦੀ ਸਾਬਕਾ ਸਰਕਾਰ ਹੀ ਜ਼ਿੰਮੇਵਾਰ ਹੈ। ਮੈਨੇ ਸਦਨ ਮੇਂ ਇਹ ਬਾਤ ਕਹੀ, ਬਾਦਲ ਸਾਹਿਬ ਵੀ ਮੌਜੂਦ ਥੇ ਔਰ ਮਜੀਠੀਆ ਜੀ ਮੌਜੂਦ ਥੇ, ਉਨਕੇ ਸਾਹਮਣੇ ਇਹ ਬਾਤ ਕਹੀ ਕਿ ਇਨਕਾ ਹੀ ਆਦਮੀ ਹੈ, ਇਨਕਾ ਹੀ MLA, ਇਨਕੀ ਸਹਿਯੋਗੀ ਪਾਰਟੀ ਕਾ UP ਸੇ ਵੋ ਆਏ, ਇਨਹੋਨੇ ਇਨਕੇ ਇੱਕ ਆਦਮੀ ਨੇ ਫੋਨ ਕੀਆ ਕਿ ਵੋ ਆ ਕੇ ਜਾਨਵਰ ਦੇਖਣਾ ਚਾਹਤੇ ਹੈ, ਇਨਕੇ ਪਾਸ ਹੀ ਆਇਆ, ਇਨਕੇ ਪਾਸ ਹੀ ਚਲਾ ਗਿਆ। ਤੋ ਅਕਾਲੀ ਦਲ ਕਿਉਂ ਵਿਰੋਧ ਕਰ ਰਹਾ ਹੈ? ਅਕਾਲੀ ਦਲ ਕੇ ਪਾਸ ਮੁੱਦਾ ਹੀ ਨਹੀਂ ਹੈ, ਵੋ ਮੁੱਦਾ ਹੀ ਨਹੀਂ ਹੈ। ਅਸੀਂ ਛੋਟੇ ਹੁੰਦੇ ਗੱਲ ਸੁਣਦੇ ਸੀ ਕਿ ਰਾਈ ਤੋਂ ਪਹਾੜ ਬਣਾਉਣਾ, ਅਕਾਲੀ ਦਲ ਕੋਈ ਮੁੱਦਾ ਨਹੀਂ, ਕਿਉਂਕਿ ਬੜੀ ਵਧੀਆ ਪ੍ਰੋਕਿਓਰਮੈਂਟ ਹੋਈ। ਜਿੰਨੇ ਵਾਕਿਆ ਹੋਏ ਸੀ ਅਕਾਲੀ ਦਲ ਦੇ ਟਾਈਮ ਵਿੱਚ ਫਿਰਕੂ ਪਸੰਦ, ਉਹ ਸਾਰੇ ਪੁਲਿਸ ਨੇ ਉਹ ਲੱਭ ਲਏ, ਉਹ ਸਾਰੇ ਕੱਢ ਦਿੱਤੇ। ਸੋ ਅਕਾਲੀ ਦਲ ਕੋਈ ਮੁੱਦਾ ਨਹੀਂ, ਦੇ ਆਰ ਟ੍ਰਾਇੰਗ ਟੂ ਰਾਜਾ ਭਈਆ ਸੇ ਕੋਈ ਆਪਕਾ ਲੈਣਾ ਦੇਣਾ? ਨਾ ਜੀ, ਮੈਂ ਤਾਂ ਪਹਿਲੀ ਵਾਰੀ ਮਿਲਾਂ। ਅੱਜ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ਕਾਫੀ ਹੰਗਾਮਾ ਹੁੰਦਾ ਰਿਹਾ। ਦਰਅਸਲ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾਵਾਂ ਦੇ ਵੱਲੋਂ ਮਿਲ ਕੇ ਪਾਣੀ ਦੇ ਮਾਮਲੇ ਦੇ ਉੱਤੇ ਵਿਧਾਨ ਸਭਾ ਦੇ ਅੰਦਰ ਹੰਗਾਮਾ ਕੀਤਾ ਗਿਆ ਹੈ। ਵਿਧਾਇਕਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ 16 ਲੱਖ ਕਰੋੜ ਰੁਪਏ ਦਾ ਪਾਣੀ ਦਾ ਬਿੱਲ ਜੋ ਕਿ ਰਾਜਸਥਾਨ ਦੇ ਵੱਲ ਬਕਾਇਆ ਖੜ੍ਹਾ, ਇਸ ਨੂੰ ਜਲਦ ਤੋਂ ਜਲਦ ਕੈਪਟਨ ਸਰਕਾਰ ਨੂੰ ਵਸੂਲ ਕਰਨਾ ਚਾਹੀਦਾ, ਕਿਉਂਕਿ ਪੰਜਾਬ ਦੀ ਵਿੱਤੀ ਹਾਲਤ ਨਾਜ਼ੁਕ ਹੈ। ਇਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਮੌਕੇ ਇਹਨਾਂ ਵਿਧਾਇਕਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਅਕਾਲੀ ਦਲ ਅਤੇ ਕਾਂਗਰਸ ਨੇ ਰਲ ਮਿਲ ਕੇ ਇਹ ਸਾਰੀ ਕਾਰਵਾਈ ਕੀਤੀ ਹੈ ਅਤੇ ਉਹਨਾਂ ਦੇ ਵੱਲੋਂ ਵਾਕਆਊਟ ਵਿਧਾਨ ਸਭਾ ਦੇ ਵਿੱਚੋਂ ਇਸੇ ਕਰਕੇ ਕੀਤਾ ਗਿਆ ਕਿਉਂਕਿ ਪਾਣੀ ਦੇ ਮਾਮਲੇ ਦੇ ਉੱਤੇ ਕੈਪਟਨ ਸਰਕਾਰ ਕੋਈ ਸਖ਼ਤ ਸਟੈਂਡ ਨਹੀਂ ਲੈ ਰਹੀ। ਇਸੇ ਪੰਜਾਬ ਦੀ ਵਿਧਾਨ ਸਭਾ ਨੇ 16 ਨਵੰਬਰ 2016 ਦੇ ਵਿੱਚ ਪੰਜਾਬ ਦੇ ਪਾਣੀਆਂ ਦੀ ਕੀਮਤ ਵਸੂਲਣ ਦਾ ਇੱਕ ਯੂਨੈਨਿਮਸ ਮਤਾ ਪਾਸ ਕੀਤਾ ਸੀ, ਯੂਨੈਨਿਮਸ, ਕਿ ਪੰਜਾਬ ਦਾ ਜਿਹੜਾ ਬਕਾਇਆ ਪਾਣੀ ਜਾਂਦਾ ਰਿਹਾ ਕਈ ਸੂਬਿਆਂ ਨੂੰ ਕਈ ਸਾਲਾਂ ਤੋਂ, ਉਹਨੂੰ ਕੈਲਕੂਲੇਟ ਕੀਤਾ ਜਾਵੇ ਔਰ ਉਹ ਮਤਾ ਜਿਹੜਾ ਹੈ ਉਹ ਪੈਸੇ ਰਿਕਵਰ ਕੀਤੇ ਜਾਣ। ਇਹਦੀ ਸ਼ੁਰੂਆਤ ਬੈਂਸ ਬ੍ਰਦਰਸ ਨੇ ਇੱਕ ਪ੍ਰਾਈਵੇਟ ਮੈਂਬਰ ਬਿੱਲ ਰਾਹੀਂ ਸ਼ੁਰੂਆਤ ਕੀਤੀ ਸੀਗੀ। ਇਹਨਾਂ ਨੂੰ ਕੁੱਟਿਆ ਗਿਆ, ਇਹਨਾਂ ਨੂੰ ਸਦਨ 'ਚੋਂ ਬਾਹਰ ਸੁੱਟਿਆ ਗਿਆ। ਸਾਹਮਣੇ ਆਉਂਦਾ ਕਿ 16 ਲੱਖ ਕਰੋੜ ਰੁਪਈਆ ਸਾਨੂੰ ਰਾਜਸਥਾਨ ਨੇ ਦੇਣਾ ਵਾ ਅਤੇ ਸਾਡੇ ਸੂਬੇ ਦਾ ਕਰਜ਼ਾ 3 ਲੱਖ ਕਰੋੜ, ਸਾਡੇ ਕਿਸਾਨਾਂ 'ਤੇ ਕਰਜ਼ਾ 1 ਲੱਖ ਕਰੋੜ, ਸਾਡੇ ਕੋਲ
ਇਹ ਸਭ ਕੁਛ ਕੱਢ ਕੇ ਵੀ 12 ਲੱਖ ਕਰੋੜ ਰੁਪਇਆ ਇਕੱਲੇ ਰਾਜਸਥਾਨ ਤੋਂ ਬਚਾ ਸਕਦੇ ਹਾਂ। ਕੱਲ੍ਹ ਕਹਿ ਰਹੇ ਸੀ ਜੀ ਇਹਨਾਂ ਦੇ ਕੋਲ ਬਿਜ਼ਨਸ ਨਹੀਂ ਹੈ, ਅੱਜ ਸਾਡੇ 15-15 ਮੈਂਬਰਸ ਉੱਠ ਕੇ ਕਹਿੰਦੇ ਨੇ ਕਿ ਅਸੀਂ ਹਰ ਗੱਲ 'ਤੇ ਬੋਲਣਾ ਵਾ ਅਤੇ ਸਪੀਕਰ ਸਾਨੂੰ ਟਾਈਮ ਨਹੀਂ ਦਿੰਦਾ। ਇਹ ਤਾਂ ਬਹੁਤ ਬੇਤਹਾਸ਼ਾ ਕੀਮਤੀ, ਔਰ ਮੈਨੂੰ ਦੁੱਖ ਹੈ ਕਿ ਅਕਾਲੀ ਜਿਹਨਾਂ ਨੇ ਮਤਾ ਪਾਸ ਕੀਤਾ ਅੰਦਰ ਬੈਠੇ ਨੇ ਚੁੱਪ ਕਰਕੇ। ਪੰਜਾਬ ਸਰਕਾਰ ਨੂੰ ਯਾਦ ਕਰਾਉਂਦੇ ਰਹਾਂਗੇ ਲਗਾਤਾਰ, ਜੋ ਤੁਸੀਂ ਮਤਾ ਪਾਸ ਕੀਤਾ 16 ਨਵੰਬਰ ਨੂੰ ਉਸ ਨੂੰ ਲਾਗੂ ਕਰੋ। ਕੁਝ ਸਮਾਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਵਰਨੁਕਾ ਕੁੰਡੂ ਛੇੜਛਾੜ ਮਾਮਲੇ ਦੇ ਵਿੱਚ ਵਿਕਾਸ ਬਰਾਲਾ, ਜੋ ਕਿ ਇੱਕ ਸੀਨੀਅਰ ਭਾਜਪਾ ਨੇਤਾ ਦਾ ਪੁੱਤ ਹੈ, ਉਸ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਦਰਅਸਲ ਚੰਡੀਗੜ੍ਹ ਦੀ ਇੱਕ ਅਦਾਲਤ ਦੇ ਵਿੱਚ ਵਿਕਾਸ ਬਰਾਲਾ ਦੀ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਸੀ, ਜਿਸ ਨੂੰ ਕਿ ਖਾਰਜ ਕਰ ਦਿੱਤਾ ਗਿਆ। ਉਸ ਤੋਂ ਬਾਅਦ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਜ਼ਮਾਨਤ ਦੀ ਅਰਜ਼ੀ ਦਾਖਲ ਕੀਤੀ ਗਈ, ਪਰ ਅੱਜ ਹਾਈਕੋਰਟ ਦੇ ਵੱਲੋਂ ਵੀ ਇਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਗਿਆ ਅਤੇ ਇਸ ਮਾਮਲੇ ਦੇ ਉੱਤੇ ਅਗਲੀ ਸੁਣਵਾਈ ਹੁਣ 7 ਦਸੰਬਰ ਨੂੰ ਹੋਵੇਗੀ। ਨਾਭੇ ਦੀ ਬੇਹੱਦ ਸੁਰੱਖਿਆ ਵਾਲੀ ਜੇਲ੍ਹ ਦੇ ਵਿੱਚੋਂ ਅੱਜ ਇੱਕ ਮੋਬਾਈਲ ਫੋਨ ਬਰਾਮਦ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਦਰਅਸਲ ਅਮਨਦੀਪ ਸਿੰਘ ਨਾਂ ਦੇ ਇੱਕ ਕੈਦੀ ਦੇ ਕੋਲੋਂ ਇਹ ਮੋਬਾਈਲ ਫੋਨ ਬਰਾਮਦ ਹੋਇਆ ਅਤੇ ਅਮਨਦੀਪ ਸਿੰਘ ਇਸ ਵਕਤ ਕਤਲ ਦੇ ਕੇਸ ਦੇ ਵਿੱਚ ਜੇਲ੍ਹ ਕੱਟ ਰਿਹਾ। ਇੱਥੇ ਵੀ ਦੱਸਣਾ ਬਣਦਾ ਹੈ ਕਿ 1 ਸਾਲ ਪਹਿਲਾਂ ਨਾਭਾ ਜੇਲ੍ਹ ਬ੍ਰੇਕ ਕਾਂਡ ਮਾਮਲਾ ਕਿਵੇਂ ਚਰਚਾ ਦੇ ਵਿੱਚ ਆਇਆ ਸੀ ਅਤੇ ਹਾਲੇ ਤੱਕ ਗੈਂਗਸਟਰ ਵਿੱਕੀ ਗੌਂਡਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। 1 ਸਾਲ ਦੇ ਵਿੱਚ ਨਾਭੇ ਦੀ ਜੇਲ੍ਹ ਵਿੱਚੋਂ 7 ਦੇ ਕਰੀਬ ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ। ਇੱਕ ਮੋਬਾਈਲ ਫੜਿਆ ਗਿਆ ਮੈਕਸੀਮਮ ਸਕਿਉਰਿਟੀ ਜੇਲ੍ਹ ਨਾਭਾ, ਜੋ ਅਮਨਦੀਪ ਸਿੰਘ ਪੁੱਤਰ ਦਲਜਿੰਦਰ ਸਿੰਘ ਹੈਗਾ, ਨਾਭਾ ਸਕਿਉਰਿਟੀ ਜੇਲ੍ਹ 'ਚ ਬੰਦਾ ਹੈ, ਉਹਦੇ ਕੋਲੋਂ ਇਹਨਾਂ ਨੇ ਫੜਿਆ, ਡਿਪਟੀ ਸੁਪਰਡੈਂਟ ਜੇਲ੍ਹ ਨੇ ਮੋਬਾਈਲ ਫੜਿਆ। ਉਹਦੇ ਸੰਬੰਧ 'ਚ ASI ਸੁਖਦੇਵ ਸਿੰਘ ਨੇ ਇਹਦੇ 'ਤੇ ਪਰਚਾ ਦਰਜ ਕੀਤਾ। ਇਹਦੇ ਬਾਰੇ ਅਸੀਂ ਵੈਰੀਫਿਕੇਸ਼ਨ ਕਰਨੀ ਹੈ, ਜੇ ਜੇਲ੍ਹ ਜਾ ਕੇ ਇਹਦਾ ਪੂਰਾ ਰਿਕਾਰਡ ਲਵਾਂਗੇ ਅਤੇ ਆਫਟਰ ਪੂਰੀ ਇਨਵੈਸਟੀਗੇਸ਼ਨ ਦੱਸ ਦਾਂਗੇ ਇਹਦਾ ਕੀ ਰਿਕਾਰਡ ਹੈ। ਤਕਰੀਬਨ 6-7 ਮੋਬਾਈਲਾਂ ਦੇ ਪਰਚੇ ਹੁਣ ਤੱਕ ਅਸੀਂ ਦਰਜ ਕਰ ਚੁੱਕੇ ਹਾਂ ਆਪਣੇ ਜਦੋਂ ਦੀ 1 ਸਾਲ ਦੇ ਦੌਰਾਨ। ਪਹਿਲਾਂ ਨੂੰ ਬਿਹਤਰ ਕੰਮ ਕਰਦੇ ਨੇ, ਪਰ ਅਪਡੇਸ਼ਨ ਦੀ ਲੋੜ ਹਾਲੇ ਵੀ ਹੈਗੀ ਹੈ। ਅਪਡੇਸ਼ਨ ਦੇ ਬਾਰੇ ਅਸੀਂ ਲਿਖਿਆ ਹੋਇਆ ਸਰਕਾਰ ਦੇ ਪਾਈਪਲਾਈਨ ਦੇ ਵਿੱਚ, ਮਤਲਬ ਹੈਗਾ ਆਪਾਂ ਕਹਿ ਲਈਏ, ਅਤੇ ਜਲਦੀ ਮਤਲਬ ਇਹਨੂੰ ਅਸੀਂ ਵੀ ਤਾਂ ਕਿ ਜਿਹੜਾ G4 ਆ ਉਹਨੂੰ ਰਿਸਟ੍ਰਿਕਟ ਕਰ ਸਕੀਏ। ਦੇਖੋ ਇਹ ਅਸੀਂ ਅਜੇ ਮਤਲਬ ਤੁਹਾਨੂੰ ਇਹੀ ਤਾਂ ਮੈਂ ਦੱਸ ਕੇ ਹਟਿਆ, ਇਹ ਨਹੀਂ ਚੱਲਦਾ ਹੈਗਾ। ਸਾਡੇ ਕੋਲ ਆਪਣਾ ਸਟਾਫ ਹੈ, ਉਹ ਕਦੇ ਵਾਸਤੇ ਆ? ਉਹ ਤਾਂ ਜੈਮਰ ਤਾਂ ਸਿਰਫ ਉਹਨਾਂ ਨੂੰ ਰਿਸਟ੍ਰਿਕਟ ਕਰਨ ਵਾਸਤੇ ਆ, ਬਾਕੀ ਜੇ ਕਿ ਸਾਡਾ ਆਪਣਾ ਸਟਾਫ ਲੱਗਿਆ, ਜਦੋਂ ਵੀ ਸਾਡੇ ਕੋਲ ਗੁਪਤ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਉਹਨਾਂ ਤੋਂ ਰਿਕਵਰੀ ਕਰਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਬਣ ਗਏ ਨੇ। ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਕਈ ਵਾਰ ਵਿਧਾਇਕ ਰਹੇ ਗੋਬਿੰਦ ਸਿੰਘ ਲੌਂਗੋਵਾਲ ਦੇ ਉੱਤੇ ਅੱਜ ਚੋਣ ਪ੍ਰਕਿਰਿਆ ਦੇ ਰਾਹੀਂ ਪ੍ਰਧਾਨ ਬਣਨ ਦਾ ਗੁਣਾ ਪਿਆ। ਦਰਅਸਲ ਇਸ ਮਾਮਲੇ ਦੇ ਵਿੱਚ ਅੱਜ 169 ਦੇ ਕਰੀਬ ਵੋਟਾਂ ਪਈਆਂ ਸਨ ਅਤੇ ਸ਼ਾਹਪੁਰ, ਜਿਹੜੇ ਕਿ ਵਿਰੋਧੀ ਧਿਰ ਦੇ ਉਮੀਦਵਾਰ ਸਨ, ਉਹਨਾਂ ਦੇ ਹਿੱਸੇ ਦੇ ਵਿੱਚ ਬਹੁਤ ਘੱਟ ਵੋਟਾਂ ਆਈਆਂ। ਅੱਜ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਂ ਦੀ ਚਰਚਾ ਸਵੇਰ ਤੋਂ ਹੀ ਚੱਲ ਰਹੀ ਸੀ, ਪਰ ਇਸ ਗੱਲ ਦਾ ਕਿਸੇ ਨੂੰ ਬਹੁਤ ਘੱਟ ਯਕੀਨ ਸੀ ਕਿ ਉਹਨਾਂ ਦੇ ਨਾਂ ਦੇ ਉੱਤੇ ਪ੍ਰਧਾਨਗੀ ਦਾ ਗੁਣਾ ਵੀ ਪੈ ਸਕਦਾ ਹੈ। ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਹੋਰਾਂ ਦੇ ਵੱਲੋਂ ਹੀ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਂ ਦਾ ਐਲਾਨ ਅੱਜ ਕੀਤਾ ਗਿਆ ਸੀ। ਮੇਰੇ ਉੱਤੇ ਬਹੁਤ ਬੜੀ ਅਪਾਰ ਕਿਰਪਾ ਹੋਈ ਹੈ ਕਿ ਮੈਨੂੰ ਆਪਣਾ ਇੱਕ ਅਨੰਦ ਸੇਵਕ ਜਾਣ ਕੇ ਔਰ ਗੁਰੂ ਨੇ ਆਪ ਜਿਹੜੀ ਹੈ ਸੇਵਾ ਮੇਥੋਂ ਲੈਣ ਦੀ ਕਿਰਪਾ ਕੀਤੀ ਹੈ। ਔਰ ਦੂਸਰਾ ਮੈਂ ਧੰਨਵਾਦ ਕਰਦਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ, ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜੀ ਦਾ, ਔਰ ਮੈਂ ਧੰਨਵਾਦੀ ਹਾਂ ਸਾਰੇ ਮੈਂਬਰ ਸਾਹਿਬਾਨਾਂ ਦਾ ਔਰ ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕਰਕੇ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਨੂੰ ਮੁੱਖ ਸੇਵਾਦਾਰ ਜਿਹੜਾ ਹੈ ਚੁਣਿਆ। ਮੈਂ ਸਤਿਗੁਰੂ ਅੱਗੇ ਅਰਦਾਸ ਕਰਦਾ, ਸਤਿਗੁਰੂ ਮਹਾਰਾਜ ਕਿਰਪਾ ਕਰਨ, ਮੇਰੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਮੈਥੋਂ ਇਹ ਸੇਵਾ ਲੈਣ, ਔਰ ਮੈਂ ਪੂਰਨ ਤੌਰ 'ਤੇ ਔਰ ਤਨ ਮਨ ਧਨ ਨਾਲ ਜਿਹੜੀ ਹੈ ਇਹ ਸੇਵਾ ਕਰਾਂਗਾ। ਕੋਟਕਪੂਰਾ ਬਠਿੰਡਾ ਸੜਕ ਦੇ ਉੱਤੇ ਅੱਜ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 2 ਜਣਿਆਂ ਦੀ ਮੌਤ ਹੋ ਗਈ ਅਤੇ 3 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਦਰਅਸਲ ਬਰਨਾਲਾ ਦੇ ਵਿੱਚ ਇੱਕ ਸਮਾਗਮ ਤੋਂ ਬਾਅਦ ਵਾਪਸ ਪਰਤ ਰਹੇ ਕਾਰ ਸਵਾਰ ਕੁਝ ਲੋਕ ਜਦੋਂ ਕੋਟਕਪੂਰਾ ਬਠਿੰਡਾ ਸੜਕ ਦੇ ਉੱਤੇ ਪਹੁੰਚੇ ਤਾਂ ਇਹਨਾਂ ਦੀ ਕਾਰ ਇੱਕ ਲੱਕੜ ਦੇ ਨਾਲ ਭਰੀ ਹੋਈ ਟਰੈਕਟਰ ਟਰਾਲੀ ਦੇ ਨਾਲ ਟਕਰਾ ਗਈ, ਜਿਸ ਕਰਕੇ ਇਹ ਦਰਦਨਾਕ ਹਾਦਸਾ ਵਾਪਰਿਆ। ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਮੇਰੇ ਦੋਸਤ ਵੀ ਅਤੇ ਮੇਰੇ ਪਾਰਟਨਰ ਵੀ ਸਤੀਸ਼ ਕੁਮਾਰ ਬਾਂਸਲ ਬਰਨਾਲਾ ਤੋਂ ਆਪਣੇ ਰਿਸ਼ਤੇਰੀ 'ਚ ਆ ਰਹੇ ਸੀਗੇ ਤਾਂ ਰਸਤੇ 'ਚ ਇੱਕ ਲੱਕੜਾਂ ਦੀ ਭਰੀ ਟਰਾਲੀ ਵੜੀ, ਮਤਲਬ ਗਲਤ ਤਰੀਕੇ ਦੇ ਨਾਲ, ਕੋਈ ਰਿਫਲੈਕਟਰ ਵਗੈਰਾ ਨਹੀਂ ਸੀ, ਕੋਈ ਇੰਡੀਕੇਸ਼ਨ ਨਹੀਂ ਸੀ ਕਿ ਗੱਡੀ ਖੜੀ ਆ, ਨਾ ਹੀ ਕੋਈ ਸਾਈਡ 'ਤੇ ਉਹਦੇ ਕੁਛ ਲਾਇਆ ਹੋਇਆ ਸੀ। ਤਾਂ ਯਕਦਮ ਜਦੋਂ ਉਹਨਾਂ ਦੇ ਨੇੜੇ ਆਏ ਤਾਂ ਮਤਲਬ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਟਰਾਲੀ ਖੜੀ ਹੋਈ ਅੱਗੇ, ਅਤੇ ਟਰਾਲੀ ਦੇ ਵਿੱਚ ਪਿੱਛੇ ਕਾਰ ਜਿਹੜੀ ਆ ਉਹ ਟਕਰਾ ਗਈ ਹੈ, ਨਾਲ ਜਿਹੜਾ ਉਹ ਮੂਹਰਲਾ ਹਿੱਸਾ ਜਿਹੜਾ ਉਹਦਾ ਜਮ ਬਿਲਕੁਲ ਡੈਮੇਜ ਹੋ ਗਿਆ ਹੈ, ਅਤੇ ਉਹਦੇ ਕਾਰਨ ਜਿਹੜਾ ਹੈਗਾ ਵਿੱਚ ਮਤਲਬ 'ਚ ਐਕਸਪਾਇਰ ਵੀ ਹੋ ਗਏ ਨੇ 2, ਮਤਲਬ ਸਾਡੇ ਜਿਹੜੇ ਘਰ ਦੇ ਮੈਂਬਰ ਆ 2-3 ਜਿਹੜੇ ਬਹੁਤ ਸੀਰੀਅਸ ਆ,
ਇਸ ਕਰਕੇ ਉਹ ਜਿਹੜੀ ਟਰਾਲੀ ਆ ਉਹ ਸਾਨੂੰ ਬਾਅਦ 'ਚੋਂ ਤਾਂ ਕੋਈ ਵਾਰਸ ਵੀ ਨਹੀਂ ਲੱਭਾ ਵੀ ਕਿੱਥੇ ਗਿਆ ਉਹ ਤਾਂ ਬੜੇ ਉਹ ਗਲਤ ਤਰੀਕੇ ਨਾਲ ਖੜੀ ਹੋਈ ਸੀ ਜਿਹੜੀ ਕਿ ਮਤਲਬ ਇੱਕ ਐਕਸੀਡੈਂਟ ਨੂੰ ਸਜ਼ਾ ਹੀ ਦੇ ਰਹੀ ਸੀਗੀ ਇਸ ਢੰਗ ਦੇ ਨਾਲ ਖੜੀ ਹੋਈ ਸੀ ਇੱਕ ਪਰਿਵਾਰ ਅੱਜ ਉਹਨੇ ਹੱਸਦਾ ਵੱਸਦਾ ਜਿਹੜਾ ਉਜਾੜਤਾ ਬਿਲਕੁਲ ਅਤੇ ਜਿਹੜਾ ਮਤਲਬ ਇਹੋ ਜਿਹੇ ਹਾਸੇ ਨੂੰ ਸਜ਼ਾ ਦੇ ਰਹੇ ਆ ਅਤੇ ਇੱਕ ਘਰਾਂ ਨੂੰ ਬਰਬਾਦ ਕਰ ਰਹੇ ਆ ਅਸੀਂ ਉਹਦੇ ਪੂਰੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਸਾਡਾ ਘਾਟਾ ਤਾਂ ਨਹੀਂ ਪੂਰਾ ਹੋ ਸਕਦਾ ਜਿਹੜਾ ਪਰਿਵਾਰ ਨੂੰ ਪੈ ਚੁੱਕਿਆ ਪਰ ਉਹਨੂੰ ਸਜ਼ਾ ਹੋਣੀ ਚਾਹੀਦੀ ਵੱਧ ਤੋਂ ਵੱਧ ਜਿਹਨੇ ਪਟਿਆਲਾ ਸ਼ਹਿਰ ਦੇ ਦੀਪ ਨਗਰ ਦੇ ਵਿੱਚ ਨਾਹਿਦ ਸਲਮਾਨੀ ਨਾਂ ਦੇ ਇੱਕ ਕਾਂਗਰਸੀ ਵਰਕਰ ਨੂੰ ਵੱਢ ਟੁੱਕ ਕਰਕੇ ਕਤਲ ਕੀਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਦੇ ਮੁਤਾਬਕ ਇਹ ਕਾਂਗਰਸੀ ਵਰਕਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਰਗਰਮੀ ਨਾਲ ਕੰਮ ਕਰ ਰਿਹਾ ਸੀ। ਇਹਦੇ ਪਿੱਛੇ ਹੁਣ ਪੁਲਿਸ ਦੇ ਵੱਲੋਂ ਇਸ ਜਾਂਚ ਪੜਤਾਲ ਨੂੰ ਸਿਰੇ ਲਾਇਆ ਜਾ ਰਿਹਾ ਕਿ ਨਿੱਜੀ ਰੰਜਿਸ਼ ਦੇ ਕਰਕੇ ਇਹ ਕਤਲ ਹੋਇਆ ਜਾਂ ਫਿਰ ਕਿਸੇ ਹੋਰ ਕਾਰਨ ਦੇ ਕਰਕੇ। ਜਾਣਕਾਰੀ ਮੁਤਾਬਕ ਇਹ ਕਾਂਗਰਸੀ ਆਗੂ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਿਸੇ ਰਿਸ਼ਤੇਦਾਰੀ ਦੇ ਵਿੱਚ ਛੱਡ ਕੇ ਲੰਘੀ ਰਾਤ ਹੀ ਘਰ ਵਾਪਸ ਪਰਤਿਆ ਸੀ ਅਤੇ ਬਾਅਦ ਦੇ ਵਿੱਚ ਕਿਸੇ ਨੇ ਇਹਨਾਂ ਦਾ ਕਤਲ ਕਰ ਦਿੱਤਾ। ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੇ ਉੱਤੇ ਤਫਤੀਸ਼ ਕੀਤੀ ਜਾ ਰਹੀ ਹੈ। ਇਹ ਮੁੰਡਾ ਨਾਹਿਦ ਸੀ, ਨਾਹਿਦ ਖਾਨ, 32 ਸਾਲ ਦਾ ਸੀਗਾ, ਵਾਈਫ ਇਹਦੀ ਬੈਂਗਲੌਰ ਰਹਿੰਦੀ ਸੀ। ਰਾਤ ਇਹਦਾ ਭਰਾ ਨੂੰ ਰਾਤ ਆਪਦੇ ਭਰਾ ਨੂੰ ਇਹਨਾਂ ਦਾ ਭਰਾ ਇਹਨਾਂ ਦੀ ਫੈਮਿਲੀ ਹੈ ਜਿਹੜੀ ਉਹ ਮਹਿੰਦਰਾ ਕਾਲਜ ਵੱਲ ਰਹਿੰਦੀ ਹੈ ਅਤੇ ਇਹ ਇੱਥੇ ਰਹਿੰਦਾ ਆਪਦੀ ਫੈਮਿਲੀ ਨਾਲ ਰਹਿੰਦਾ ਸੀ। ਇਹਦੀ ਵਾਈਫ ਹੈ, ਬੰਗਲੌਰ ਰਹਿੰਦੀ ਹੈ। ਇਹ ਰਾਤ ਕਰੀਬ 8:30-9 ਵਜੇ ਦੇ ਨੇੜੇ ਤੇੜੇ ਭਰਾ ਨੂੰ ਆਪਦੇ ਨੇ ਛੋਟੇ ਨੂੰ ਛੱਡ ਕੇ ਇੱਥੇ ਘਰ ਆਇਆ। ਹੁਣ ਇਹਨਾਂ ਨੂੰ 12 ਵਜੇ ਕਿਸੇ ਨੇ ਦੱਸਿਆ ਵੀ ਇਹਦਾ ਮਤਲਬ ਜਦੋਂ ਇਹਨਾਂ ਨੇ ਆ ਕੇ ਦੇਖਿਆ ਤਾਂ ਬਾਹਰਲੇ ਪਾਸੇ ਜਿੰਦਰਾ ਲੱਗਿਆ ਹੋਇਆ ਸੀਗਾ ਗੇਟ ਨੂੰ। ਥਾਣਾ ਦੁਰਾਂਗਲਾ ਦੇ ਅਧੀਨ ਪੈਂਦੇ ਪਿੰਡ ਖੁੱਥੀ ਦੇ ਵਿੱਚ ਅੱਜ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ। ਜਾਣਕਾਰੀ ਦੇ ਮੁਤਾਬਕ ਇੱਥੇ ਇੱਕ ਲਾੜਾ ਜੋ ਕਿ ਗਲੀ ਦੇ ਵਿੱਚ ਆਪਣੇ ਪੂਰੇ ਪਰਿਵਾਰ ਅਤੇ ਮੇਲ ਗੇਲ ਦੇ ਨਾਲ ਸੰਬੰਧਿਤ ਵਿਆਹ ਦੀਆਂ ਰਸਮਾਂ ਦੇ ਵਿੱਚ ਰੁੱਝਿਆ ਹੋਇਆ ਸੀ ਅਤੇ ਉਸ ਦੇ ਸੁਰਮਾ ਪਵਾਜ ਦੀ ਰਸਮ ਚੱਲ ਰਹੀ ਸੀ। ਅਚਾਨਕ ਉੱਥੇ ਕੁਝ ਲੋਕ ਆਏ ਅਤੇ ਉਹਨਾਂ ਦੇ ਵੱਲੋਂ ਰਸਤੇ ਦੀ ਮੰਗ ਕੀਤੀ ਗਈ। ਰਸਤੇ ਦੀ ਮੰਗ ਨੂੰ ਲੈ ਕੇ ਇੱਥੇ ਜੋ ਬਰਾਤੀ ਸਨ ਅਤੇ ਸੰਬੰਧਿਤ ਧਿਰ ਦੇ ਲੋਕ ਸਨ ਉਹਨਾਂ ਦੇ ਵਿੱਚ ਮਨ ਮਿਟਾਵ ਹੋਇਆ ਅਤੇ ਬਾਅਦ ਦੇ ਵਿੱਚ ਹੱਥੋਂ ਪਾਈ ਤੋਂ ਗੱਲ ਪੱਗਾਂ ਲੈਣ ਤੱਕ ਪਹੁੰਚ ਗਈ। ਬਾਅਦ ਦੇ ਵਿੱਚ ਲਾੜਾ ਅਤੇ ਸਾਰੇ ਬਰਾਤੀ ਥਾਣੇ ਵਿੱਚ ਪਹੁੰਚੇ ਪਰ SHO ਦੇ ਵੱਲੋਂ ਉਹਨਾਂ ਦੀ ਗੱਲਬਾਤ ਨਹੀਂ ਸੁਣੀ ਗਈ। ਉਸ ਤੋਂ ਬਾਅਦ ਸਾਰੇ ਬਰਾਤੀ SSP ਦਫ਼ਤਰ ਪਹੁੰਚੇ ਅਤੇ SSP ਦੇ ਵੱਲੋਂ ਭਰੋਸਾ ਦੇਣ ਤੋਂ ਬਾਅਦ ਹੀ ਇਹ ਅੱਗੇ ਗਏ। ਅਸੀਂ ਘੋੜੀ ਚੜ੍ਹਦੇ ਪਏ ਸੀ, ਇਹ ਜਨਰਲ ਕਾਸਟ ਦੇ ਜੱਟ ਲੋਕ, ਇਹਨਾਂ ਨੇ ਸਾਨੂੰ ਰੋਕਿਆ। ਅਸੀਂ ਕੁਛ ਕਰਨ ਲੱਗ ਪਿਆ, ਉਹਨਾਂ ਨੂੰ ਦੇਖ ਕੇ ਜਲਨ ਹੁੰਦੀ ਹੈ, ਉਹਦੇ ਕਰਕੇ ਉਹਨਾਂ ਨੇ ਸਾਡੀ ਬਰਾਤ ਦੇ ਉੱਤੇ ਸਾਡੀ ਹਮਲਾ ਕੀਤਾ ਜੀ। ਘੋੜੀ ਟਰੈਕਟਰ ਚਾੜਤਾ, ਰਾਤੀ ਅਸੀਂ ਭੰਗੜਾ ਪਾਉਂਦੇ ਪਏ, ਸਾਨੂੰ ਭੰਗੜਾ ਵੀ ਨਹੀਂ ਪਾਉਣ ਦਿੱਤਾ। ਅਸੀਂ ਗਲੀ 'ਚ, ਸਾਡੇ ਘਰ ਜਗ੍ਹਾ ਥੋੜ੍ਹੀ ਹੈ, ਆਪਾਂ ਸੜਕ 'ਤੇ ਗਲੀ 'ਚ ਲਗਾ ਕੇ ਕੀਤਾ, ਉੱਥੇ ਵੀ ਟਰੈਕਟਰ ਲੈ ਕੇ ਆ ਗਏ ਸੀ। ਇਹ ਜੱਟਪੁਰਾ ਗੁਰਦਿਆਲ ਸਿੰਘ ਹੈ ਸੀਗੀ, ਇਹ ਖੁੱਥੀ ਪਿੰਡ ਹੈ ਜੀ ਉਹਨਾਂ ਦਾ। ਹਾਂਜੀ, ਘੋੜੀ 'ਚ ਮੈਂ ਚੜਿਆ ਸੀ ਜੀ, ਅਤੇ ਮੈਨੂੰ ਉਹਨਾਂ ਨੇ ਮੈਨੂੰ ਉਤਾਰਨ ਦੇ ਚੱਕਰ 'ਚ ਆਏ ਸੀ ਉਹ ਜੀ, ਵੀ ਇਹ ਇੰਨੇ ਕਿਉਂ ਕਰ ਗਿਆ, ਵੀ ਮੈਨੂੰ ਮੈਂ ਫੌਜੀ ਕਿਉਂ ਹੋ ਗਿਆ, ਨੌਕਰੀ ਕਿਉਂ ਕਰਨ ਲੱਗਿਆ, ਕੰਮ ਕਿਉਂ ਕਰਨ ਲੱਗਿਆ, ਏਦਾਂ ਕੱਪੜੇ ਪਾਉਣੇ, ਰਿਸ਼ਤਾ ਚੰਗਾ ਮਿਲ ਗਿਆ, ਇਹਦੇ ਕਰਕੇ ਸਾਡੀ ਬਰਾਤ ਪੂਰੀ ਨੂੰ ਕੁੱਟਿਆ। ਜਨਾਨੀਆਂ ਦੇ ਕਾਂਟੇ ਵੀ ਉਤਾਰ ਰੱਖੇ ਆ, ਕਈਆਂ ਦੇ ਚਾਨੀ ਉਤਾਰਤੀ, ਮੇਰੇ ਵੀ ਹਾਰ ਫਾਰ ਰੱਖੇ ਦੇ ਸੀ, ਉਹ ਵੀ ਉਤਾਰ ਕੇ ਲੈ ਗਏ। ਥਾਣੇ ਦਰਾਂਗੜੇ ਦੀ ਬਰਾਤ ਆ, ਉੱਥੇ ਕੋਈ ਲੜਾਈ ਹੋਈ ਸੀ ਇਹਨਾਂ ਦੀ ਆਪਸ ਦੇ ਵਿੱਚ, ਦੂਜੀ ਧਿਰ ਨਾਲ SHO ਦਰਾਂਗੜੇ ਨੂੰ ਹਦਾਇਤ ਕਰ ਦਿੱਤੀ ਗਈ ਵੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਨਹੀਂ, ਇਹ ਵੈਰੀਫਾਈ ਕਰਕੇ SHO ਫਿਰ ਆਪਣੀ ਰਿਪੋਰਟ ਦੇਗਾ, ਉਸ ਤੋਂ ਬਾਅਦ ਪਤਾ ਲੱਗੇਗਾ। ਮਾਮਲਾ ਦਰਜ ਕਰਕੇ ਕਹਿ ਦਿੱਤਾ ਗਿਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਮੋਰਬੀ ਖੇਤਰ ਦੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਤੇ ਉਹਨਾਂ ਦੇ ਵੱਲੋਂ ਕਾਂਗਰਸ ਦੇ ਉੱਤੇ ਜੰਮ ਕੇ ਰਗੜੇ ਲਾਏ ਗਏ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇੰਦਰਾ ਗਾਂਧੀ ਹੋਰੀ ਵੀ ਮੋਰਬੀ ਖੇਤਰ ਦੇ ਵਿੱਚ ਆਏ ਸਨ ਪਰ ਉਹਨਾਂ ਨੇ ਇੱਥੇ ਬਦਬੂ ਮਹਿਸੂਸ ਕਰਦਿਆਂ ਆਪਣੇ ਨੱਕ ਦੇ ਉੱਤੇ ਰੁਮਾਲ ਰੱਖ ਲਿਆ ਸੀ ਅਤੇ ਇਹ ਤਸਵੀਰਾਂ ਮੀਡੀਆ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਵੀ ਪ੍ਰਕਾਸ਼ਿਤ ਅਤੇ ਪ੍ਰਸਾਰਿਤ ਹੋਈਆਂ ਸਨ। ਉਹਨਾਂ ਨੇ ਕਿਹਾ ਕਿ ਜਨਸੰਘੀਆਂ ਅਤੇ RSS ਨੂੰ ਇਸ ਥਾਂ ਤੋਂ ਬਦਬੂ ਨਹੀਂ ਆਉਂਦੀ ਸਗੋਂ ਖੁਸ਼ਬੂ ਮਹਿਸੂਸ ਹੁੰਦੀ ਹੈ। ਮੈਗੀ ਨਿਊਡਲ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਕਈ ਕਿਸਮ ਦੀਆਂ ਚਰਚਾਵਾਂ ਦੇ ਵਿੱਚ ਨੇ, ਅੱਜ ਇੱਕ ਹੋਰ ਚਰਚਾ ਦੇ ਵਿੱਚ ਆ ਗਏ ਕਿਉਂਕਿ ਇਸ ਦੇ ਨਮੂਨੇ ਇੱਕ ਵਾਰ ਫਿਰ ਫੇਲ ਹੋ ਗਏ ਨੇ। ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਖੇਤਰ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਮੈਗੀ ਦੇ ਨਮੂਨੇ ਲੈਬ ਦੇ ਵਿੱਚ ਭੇਜੇ ਗਏ ਸਨ ਜੋ ਕਿ ਫੇਲ ਹੋ ਗਏ ਨੇ। ਇਸੇ ਕਰਕੇ ਕੰਪਨੀ ਦੇ ਉੱਤੇ ਅਤੇ ਸੰਬੰਧਿਤ ਡਿਸਟ੍ਰੀਬਿਊਟਰਾਂ ਦੇ ਉੱਤੇ ਕਾਫੀ ਵੱਡੀ ਰਕਮ ਦਾ ਜੁਰਮਾਨਾ ਲਾਏ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਇਹ ਸੀ ਅਜੀਤ ਖਬਰਾਂ ਦਾ ਵਿਸ਼ੇਸ਼ ਬੁਲੇਟਿਨ। ਤਾਜ਼ਾ ਤਰੀਨ ਅਤੇ ਨਵੀਆਂ ਨਕੋਰ ਖਬਰਾਂ ਲੈ ਕੇ ਦੋਸਤੋ ਅਸੀਂ ਕੱਲ੍ਹ ਨੂੰ ਇਸੇ ਵਕਤ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਆਗਿਆ ਦਿਓ। ਤੁਹਾਡੀ ਬਹੁਤ ਬਹੁਤ ਮਿਹਰਬਾਨੀ।